ਖਾਲਸਾ ਵਾਹਿਗੁਰੂ ਜੀ ਫਤਿਹ। ਸੁਰਜੀਤ ਸਿੰਘ ਸਾਨੂੰ ਹਰਮਿੰਦਰ ਸਿੰਘ ਨੰਬਰਦਾਰ ਪਿੰਡ ਸੂਰਪੁਰ ਕਲਾਂ ਜ਼ਿਲ੍ਹਾ ਅੰਬਰਸਰ। ਆਪ ਨੂੰ ਜੀ ਹਰਿਆਣੇ ਵਾਲੇ ਸਹੂਲਤਾਂ ਮਿਲੇ ਆ, ਸਾਡੀ ਪੰਜਾਬ ਸਰਕਾਰ ਹਰਿਆਣੇ ਵਾਲੇ ਸਹੂਲਤਾਂ ਨਹੀਂ ਦਿੰਦੀ। ਜੋ ਹਰਿਆਣੇ ਦਾ ਮਾਣ ਭੱਤਾ ਮਿਲਦਾ ਉਹ ਸਾਨੂੰ ਨਹੀਂ ਮਿਲਣ ਡਿਆ। ਸਾਡੀ ਸਰਕਾਰ ਨੂੰ ਜੋ ਹਰਿਆਣੇ ਦਾ ਨੰਬਰ ਦਿੱਤਾ ਸਾਨੂੰ ਹੋਰ ਕੁਛ ਮਿਲਣਾ ਚਾਹੀਦਾ ਵਾ। ਸਾਡੇ ਨੰਬਰਦਾਰ ਪੰਜਾਬ ਨੰਬਰਦਾਰ ਨੇ, ਸਾਡੇ ਪਿਤਾ ਜੀ ਤੋਂ ਪਹਿਲਾਂ ਨੰਬਰਦਾਰ ਅਜੀਤ ਸਿੰਘ ਜੀ ਉਹ ਯੂਪੀ ਚਲ ਗਏ, ਉਹ ਸਾਡੇ ਡੈਡੀ ਜੀ ਨੂੰ ਮਹਿੰਦਰ ਸਿੰਘ ਨੰਬਰਦਾਰ ਦੇ ਗਏ। ਉਹਨਾਂ ਤੋਂ ਬਾਅਦ ਉਹਨਾਂ ਦੀ ਮੌਤ ਬਾਅਦ ਨੰਬਰਦਾਰੀ ਮੈਨੂੰ ਮਿਲ ਗਈ। ਸਰਕਾਰ ਨੇ ਜੋ ਪੇਸ਼ ਕੀਤਾ ਬਿੱਲ ਬਹੁਤ ਮਾੜਾ ਬਿੱਲ ਹੈ ਜ਼ਿਮੀਂਦਾਰਾਂ ਵਾਸਤੇ ਜੀ। ਇਹ ਜ਼ਿਮੀਂਦਾਰਾਂ ਦਾ ਨੁਕਸਾਨ ਹੀ ਹੋਏਗਾ, ਹਰ ਥਾਂ ਨੁਕਸਾਨ ਹੋਏਗਾ, ਕਿਉਂਕਿ ਬਾਹਰੋਂ ਮੰਡੀਆਂ ਆ ਕੇ ਬਾਹਰਲੀਆਂ ਮੰਡੀਆਂ ਦਾ ਮਾਲ ਆ ਕੇ ਪੰਜਾਬ ਦੀਆਂ ਮੰਡੀਆਂ ਜਮ੍ਹਾਂ ਹੋ ਜਾਏਗਾ। ਇੱਥੋਂ ਦਾ ਮਾਲ ਚੁੱਕਿਆ ਨਹੀਂ ਜਾਏਗਾ, ਮਾਲ ਯੂਪੀ ਤੋਂ ਬਿਹਾਰ ਤੋਂ ਆਏਗਾ। ਝੋਨਾ ਜੋ ਹੁਣ ਵੀ ਬਿਹਾਰ ਤੋਂ ਯੂਪੀ ਤੋਂ ਆਉਣ ਡਿਆ 1200 ਰੁਪਏ ਵਿੱਚ, ਇੱਥੋਂ ਦਾ ਝੋਨਾ ਵਿਕਣ ਨਹੀਂ ਡਿਆ ਜੀ। ਮੋਦੀ ਸਰਕਾਰ ਨੂੰ ਇਹ ਬਿੱਲ ਵਾਪਸ ਲੈਣੇ ਚਾਹੀਦੇ, ਕਿਸਾਨਾਂ ਦਾ ਭਲਾ ਤਾਂ ਹੀ ਇਹ ਮੋਦੀ ਸਰਕਾਰ ਇਹ ਬਿੱਲ ਵਾਪਸ ਲਵੇ। ਜੇ ਮੋਦੀ ਸਰਕਾਰ ਇਹ ਬਿੱਲ ਵਾਪਸ ਨਹੀਂ ਲੈਂਦੀ, ਜੋ ਯੂਪੀ ਦੇ ਜ਼ਿਮੀਂਦਾਰ ਦਾ ਹਾਲ ਹੈ ਉਹ ਹੀ ਪੰਜਾਬ ਦੇ ਜ਼ਿਮੀਂਦਾਰ ਦਾ ਵੀ ਹਾਲ ਹੋ ਜਾਏਗਾ। ਦੂਜਾ ਬਾਅਦ ਮੋਦੀ ਸਰਕਾਰ ਇਹ ਬਿੱਲ ਵਾਪਸ ਦਿੰਦਾ, ਪੰਜਾਬ ਵੱਲੋਂ ਕਿਸਾਨਾਂ ਵੱਲੋਂ 31 ਜਥੇਬੰਦੀਆਂ ਵੱਲੋਂ ਇਹ ਕਿਸਾਨ ਚੱਲਦਾ ਰਹੇਗਾ। ਇਹ ਕਦੀ ਵੀ ਕਿਸਾਨ 31 ਜਥੇਬੰਦੀਆਂ ਟੁੱਟਣਗੀਆਂ ਨਹੀਂ ਇਹਨਾਂ ਦੇ ਕਹਿਣ 'ਤੇ। ਇਹ ਸਰਕਾਰ ਚੱਲਦੇ ਰਹਿਣਗੇ, ਵੱਡੇ ਵੱਡੇ ਧਰਨੇ ਲੱਗਦੇ ਰਹਿਣਗੇ ਜਾਂ ਮੋਦੀ ਸਰਕਾਰ ਇਹ ਬਿੱਲ ਵਾਪਸ ਨਹੀਂ ਲੈਂਦੀ। ਮੋਦੀ ਸਰਕਾਰ ਨੂੰ ਆਪਣਾ ਬਿੱਲ ਵਾਪਸ ਲੈ ਕੇ ਕਿਸਾਨ ਪੰਜਾਬ ਦਾ ਕਿਸਾਨ ਅੱਗੇ ਕਰਜ਼ਾਈ ਬਹੁਤ ਜ਼ਿਆਦਾ ਹੋ ਚੁੱਕਾ ਹੈ। ਇਹ ਬਿੱਲ ਜਿੰਨਾ ਵਾਪਸ ਜਾਂ ਕਿਸਾਨਾਂ ਦਾ ਕਰਜ਼ਾ ਮੋਦੀ ਸਰਕਾਰ ਮਾਫ਼ ਕਰੇ, ਜਿੰਨਾ ਪੰਜਾਬ ਸਰਕਾਰ ਨੇ 2 ਲੱਖ ਕੀਤਾ ਉਹਦਾ ਬਾਕੀ ਦਾ ਕਰਜ਼ਾ ਮੋਦੀ ਸਰਕਾਰ ਮਾਫ਼ ਕਰੇਗਾ ਅਤੇ ਕਿਸਾਨਾਂ ਦਾ ਪੱਧਰ ਉੱਚਾ ਚੁੱਕੇ। ਹਰ ਚੀਜ਼ ਦੀ ਗੌਰਮੈਂਟ ਵੱਲੋਂ ਹੋਵੇ। ਇਹਨਾਂ ਨੇ ਆਪਾਂ 14-15 ਜਿੰਸਾਂ ਦੇ ਭਾਅ ਬੰਦੇ ਆ, ਆਪਾਂ ਇੱਥੇ ਕੋਈ ਜਿੰਸ ਵੀ ਸਰਕਾਰੀ ਰੇਟ 'ਤੇ ਮਿਲਦੀ। ਮੱਕੀ ਦਾ ਰੇਟ ਵੀ ਵੱਧਾ ਹੈ ਸਰਕਾਰੀ ਰੇਟ 1850 ਜੋ ਕਿ ਵਿਕਦੀ ਉਹ 900 ਨੂੰ 1000 ਨੂੰ ਵਿਕਦੀ ਆ। ਬਾਕੀ ਹੋਰ ਕੋਈ ਚੀਜ਼ ਵੀ ਸਰਕਾਰੀ ਰੇਟ 'ਤੇ ਨਹੀਂ ਵਿਕਦੀ। ਝੋਨਾ ਵੀ ਇੱਥੇ ਪੰਜਾਬ ਦਾ ਸਰਕਾਰੀ ਰੇਟ 'ਤੇ ਨਹੀਂ ਵਿਕਦਾ ਜੇ ਵੀ।